ਦਰਸ਼ਕੋ, ਤੁਹਾਡੇ ਇੰਤਜ਼ਾਰ ਦੀਆਂ ਕੜੀਆਂ ਨੂੰ ਖਤਮ ਕਰਦੇ ਹੋਏ ਇੱਕ ਵਾਰੀ ਫੇਰ ਇੱਕ ਨਵੀਂ ਕੜੀ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹਾਂ। ਤੁਹਾਡਾ ਮਨ ਪਸੰਦੀਦਾ ਪ੍ਰੋਗਰਾਮ ਹੈਲੋ ਡਾਕਟਰ ਲੈ ਕੇ ਇੱਕ ਨਵੇਂ ਵਿਸ਼ੇ ਅਤੇ ਨਵੇਂ ਮਹਿਮਾਨ ਦੇ ਨਾਲ। ਅੱਜ ਦੇ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਅਸੀਂ ਅੱਜ ਦਾ ਆਪਣਾ ਇੱਕ ਖਾਸ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਅੱਜ ਦੀ ਇਸ ਨੱਠ ਭੱਜ ਭਰੀ ਜ਼ਿੰਦਗੀ ਦੇ ਵਿੱਚ ਪਿੱਠ ਦੀ ਦਰਦ, ਰੀੜ੍ਹ ਦੀ ਹੱਡੀ ਦੀ ਦਰਦ ਅਤੇ ਜੋੜਾਂ ਦੀਆਂ ਦਰਦਾਂ, ਗੋਡਿਆਂ ਦੀਆਂ ਤਕਲੀਫਾਂ ਆਮ ਦੇਖੀਆਂ ਜਾ ਰਹੀਆਂ ਹੈਗੀਆਂ। ਅੱਜ ਆਪਣੇ ਪ੍ਰੋਗਰਾਮ 'ਚ ਇਸੇ ਵਿਸ਼ੇ 'ਤੇ ਗੱਲਬਾਤ ਕਰਾਂਗੇ। ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਅੱਜ ਅਸੀਂ ਆਪਣੇ ਸਟੂਡੀਓ ਸੱਦਾ ਦਿੱਤਾ ਡਾਕਟਰ ਰਾਜੇਸ਼ ਸੱਗਰ ਜੀ ਨੂੰ, ਜਿਹੜੇ ਕਿ ਇੱਕ MS ਔਰਥੋਪੈਡਿਕ ਸਰਜਨ ਹਨ। ਡਾਕਟਰ ਸਾਹਿਬ, ਸਟੂਡੀਓ 'ਚ ਬਹੁਤ ਬਹੁਤ ਸਵਾਗਤ ਕਰਦੀ ਹਾਂ। ਥੈਂਕ ਯੂ ਮੈਡਮ ਜੀ। ਜੀ ਦਰਸ਼ਕੋ, ਇਸ ਤੋਂ ਪਹਿਲਾਂ ਅਸੀਂ ਆਪਣੀ ਗੱਲਬਾਤ ਅੱਗੇ ਵਧਾਈਏ, ਮੈਂ ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ, ਸਾਡਾ ਇਹ ਪ੍ਰੋਗਰਾਮ ਲਾਈਵ ਟੈਲੀਕਾਸਟ ਹੋ ਰਿਹਾ। ਤੁਹਾਡੇ ਮਨ 'ਚ ਅਜਿਹੇ ਕਈ ਸਵਾਲ ਹੋਣਗੇ ਜਿਨ੍ਹਾਂ ਦੇ ਜਵਾਬ ਤੁਸੀਂ ਸਾਡੇ ਮਾਹਰ ਮਹਿਮਾਨ ਤੋਂ ਜਾਣਨਾ ਚਾਹੋਗੇ। ਜੀ, ਤੁਸੀਂ ਫੋਨ ਕਰ ਸਕਦੇ ਹੋ ਇਸ ਨੰਬਰ 'ਤੇ, ਨੰਬਰ ਨੋਟ ਕਰ ਲਓ, 0181-281-4462, 0181-281-4462। ਜੀ ਡਾਕਟਰ ਸਾਹਿਬ, ਅੱਜ ਅਸੀਂ ਆਪਣੇ ਪ੍ਰੋਗਰਾਮ ਦਾ ਵਿਸ਼ਾ ਰੱਖਿਆ ਹੈਗਾ ਪਿੱਠ ਦੀ ਦਰਦ ਅਤੇ ਜੋੜਾਂ ਦੀਆਂ ਦਰਦਾਂ, ਗੋਡਿਆਂ ਦੀਆਂ ਦਰਦਾਂ। ਮੈਂ ਪੁੱਛਣਾ ਚਾਹਾਂਗੀ, ਤੁਸੀਂ ਪਿਛਲੇ 20-21 ਸਾਲ ਤੋਂ ਪ੍ਰੈਕਟਿਸ ਕਰ ਰਹੇ ਹੋ, ਇੰਨੇ ਸਾਲ ਤੋਂ ਮਰੀਜ਼ ਦੇਖ ਰਹੇ ਹੋ, ਮੈਂ ਜਾਣਨਾ ਚਾਹਾਂਗੀ ਕਿ ਕਿਹੜੀ ਤਕਲੀਫ ਦੇ ਨਾਲ ਮਰੀਜ਼ ਜ਼ਿਆਦਾਤਰ ਹਸਪਤਾਲ ਦੇ ਵਿੱਚ ਆਉਂਦਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ? ਹਾਂਜੀ ਮੈਡਮ ਜੀ, ਮੈਂ ਤਾਂ ਪਹਿਲੇ ਸਭ ਤੋਂ ਪਹਿਲੇ ਦਰਸ਼ਕਾਂ ਦਾ ਸਵਾਗਤ ਕਰਾਂਗਾ ਇਸ ਪ੍ਰੋਗਰਾਮ 'ਚ। ਜੀ, ਸਾਡੀ ਓਪੀਡੀ ਦਾ ਜਿਹੜਾ ਹੈ 70-80% ਜਿਹੜੇ ਮਰੀਜ਼ ਹੈ ਉਹ ਪਿੱਠ ਦੀ ਦਰਦ, ਜਿਹਨੂੰ ਅਸੀਂ ਰੀੜ੍ਹ ਦੀ ਦਰਦ ਕਹਿੰਦੇ, ਗੋਡੇ ਦੀ ਦਰਦ ਅਤੇ ਬਾਕੀ ਹੱਡੀਆਂ ਦੀ ਕਮਜ਼ੋਰੀ ਕਰਕੇ, ਇਹਨਾਂ ਕਰਕੇ ਆਉਂਦੇ ਨੇ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਜ਼ਿਆਦਾਤਰ ਮਰੀਜ਼ ਜਿਹੜੇ ਹਸਪਤਾਲ ਤੱਕ ਆਉਂਦੇ ਹੈਗੇ ਆ ਅੱਜ ਕੱਲ੍ਹ ਇੱਕ ਸਮੱਸਿਆ ਲੈ ਕੇ ਕਿ ਪਿੱਠ ਦੀ ਦਰਦ, ਰੀੜ੍ਹ ਦੀ ਹੱਡੀ ਦੀ ਦਰਦ ਅਤੇ ਗੋਡਿਆਂ ਦੀ ਤਕਲੀਫ, ਮੈਂ ਪੁੱਛਣਾ ਚਾਹਾਂਗੀ ਕਿ ਕੀ ਅਜਿਹੇ ਕਾਰਨ ਹਨ ਜਿਹਦੇ ਕਰਕੇ ਤਕਲੀਫਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਹਨ? ਜਿਹੜੀ ਪਿੱਠ ਦੀ ਦਰਦ ਦੇ ਕਾਰਨ ਮਰੀਜ਼ ਦੀ ਉਮਰ ਦੇ ਹਿਸਾਬ ਨੇ, ਪਹਿਲੇ ਅਸੀਂ ਦੇਖਦੇ ਸੀਗੇ ਕਿ ਬਜ਼ੁਰਗ ਜਾਂ ਮਿਡਲ ਏਜ ਲੋਕ, ਉਹਨਾਂ ਦੀ ਦਰਦ ਹੁੰਦੀ ਸੀ ਬੈਕ ਦੀ, ਪਰ ਅੱਜ ਕੱਲ੍ਹ ਅਸੀਂ ਜਵਾਨ ਬੰਦਿਆਂ ਨੂੰ ਵੀ ਦੇਖਣਾ ਸ਼ੁਰੂ ਕਰਤਾ ਹੈ। ਮੈਨੂੰ ਲੱਗਦਾ ਸਭ ਤੋਂ ਵੱਡਾ ਕਾਰਨ ਸਾਡਾ ਲਾਈਫ ਸਟਾਈਲ ਹੈਗਾ। ਅੱਜ ਕੱਲ੍ਹ ਮੋਬਾਈਲ ਦੀ ਯੂਜ਼ ਦੀ ਵਰਤੋਂ, ਪ੍ਰੋਪਰ ਪੋਜੀਸ਼ਨ ਨਾ ਹੋਣਾ, ਲੇਟ ਕੇ TV ਦੇਖਣਾ, ਗੇਮਾਂ ਖੇਲੀ ਜਾਣਾ, ਉਸ ਤੋਂ ਬਾਅਦ ਐਕਸਰਸਾਈਜ਼ ਨਾ ਕਰਨਾ, ਪ੍ਰੋਪਰ ਖੁਰਾਕ ਨਾ ਹੋਣਾ, ਜੰਕ ਫੂਡ ਖਾਣਾ, ਇਹਨਾਂ ਚੀਜ਼ਾਂ ਕਰਕੇ, ਫਿਰ ਉਸ ਤੋਂ ਬਾਅਦ ਸਾਰੀ ਚੀਜ਼ਾਂ ਦੀ ਜਾਣਕਾਰੀ ਹੋਣਾ ਪਰ ਹੈਲਥ ਬਾਰੇ ਜਾਣਕਾਰੀ ਨਾ ਹੋਣਾ, ਇਹ ਇੱਕ ਬਹੁਤ ਵੱਡਾ ਰੀਜ਼ਨ ਹੈ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਸਾਰੀ ਚੀਜ਼ ਦੀ ਜਾਣਕਾਰੀ ਹੋਣਾ, ਅੱਜ ਕੱਲ੍ਹ ਸਾਡੇ ਕੋਲ ਕਹਿ ਸਕਦੇ ਹਾਂ ਕਿ ਇਨਫੋਰਮੇਸ਼ਨ ਦਾ ਈਜ਼ੀ ਅਸੈਸ ਹੈਗਾ ਕਿ ਫਟਾਫਟ ਜਾਣਕਾਰੀ ਕੱਢ ਲੈਂਦੇ, ਪਰ ਫਿਰ ਵੀ ਸਾਡੇ ਕੋਲ ਆਪਣੀ ਸਿਹਤ ਦੀ ਜਾਣਕਾਰੀ ਨਹੀਂ ਹੈਗੀ, ਸਿਹਤ ਦੇ ਲਈ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਲਾਈਫ ਸਟਾਈਲ, ਡਾਈਟ, ਐਕਸਰਸਾਈਜ਼ ਨਾ ਕਰਨਾ, ਇਹ ਸਭ ਕਾਰਨ ਹਨ, ਅਤੇ ਕੀ ਇਹ ਜਿਹੜੀਆਂ ਤਕਲੀਫਾਂ ਹਨ ਕਿਸੇ ਖਾਸ ਏਜ ਗਰੁੱਪ ਦੇ ਨਾਲ ਜੁੜਦੀਆਂ ਹਨ ਕਿ ਇਸ ਉਮਰ ਦੇ ਵਿੱਚ ਇਹ ਤਕਲੀਫ ਆਏਗੀ, ਇਸ ਉਮਰ ਦੇ ਵਿੱਚ ਇਹ ਤਕਲੀਫ ਆਏਗੀ? ਜਦਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਛੋਟੇ ਛੋਟੇ ਬੱਚੇ ਵੀ ਕਹਿੰਦੇ ਆ ਪਿੱਠ 'ਚ ਦਰਦ ਹੋ ਰਹੀ ਹੈ, ਗੋਡਿਆਂ 'ਚ ਦਰਦ ਹੋ ਰਹੀ ਹੈ। ਜਿੱਦਾਂ ਕਿ ਮੈਡਮ ਮੈਂ ਤੁਹਾਨੂੰ ਦੱਸਿਆ, ਲਾਈਫ ਸਟਾਈਲ ਦੇ ਕਰਕੇ ਸਾਰਾ ਹੋ ਗਿਆ। ਹੁਣ ਐਕਸਰਸਾਈਜ਼ ਤਾਂ ਆਖਰੀ ਸਟੈਪ ਚਲ ਹੋ ਗਿਆ। ਸਭ ਤੋਂ ਪਹਿਲੇ ਹੁੰਦਾ ਸੀ ਘਰੋਂ ਬਾਹਰ ਨਿਕਲਣਾ, ਕੁਛ ਵੀ ਕਰਨਾ, ਆਪੇ ਪੈਦਲ ਜਾਣਾ। ਹੁਣ ਅਸੀਂ ਕੀ ਹੈ, ਜੋ ਵੀ ਹੈ, ਕਾਰ ਪਕੜੀ, ਸਕੂਟਰ ਪਕੜੇ, ਆ ਲਾਈਕ ਆਫ ਐਕਸਰਸਾਈਜ਼, ਫਿਰ ਉਸ ਤੋਂ ਬਾਅਦ ਸਾਰਾ ਦਿਨ ਮੋਬਾਈਲ 'ਤੇ ਬੈਠੇ ਰਹਿਣਾ, ਇਹਨਾਂ ਕਰਕੇ। ਫਿਰ ਜਿਹੜੇ ਬੱਚਿਆਂ ਵਿੱਚ ਹੈ ਉਹਨਾਂ 'ਚ ਇਹ ਕਾਰਨ ਆ ਜਾਂਦੇ, ਜਿਹੜੇ ਅਡਲਟ ਹੈ ਸਾਰਿਆਂ ਦਾ ਲਾਈਫ ਸਟਾਈਲ ਸੈਡੈਂਟਰੀ ਹੋ ਗਿਆ। ਹੁਣ ਕੀ ਹੈ ਕਿ ਜਾਂ ਤਾਂ ਲੈਪਟੋਪ 'ਤੇ ਬੈਠੇ ਹੈ ਜਾਂ ਚੇਅਰ 'ਤੇ ਬੈਠੇ ਹੈ, ਉਹਦੇ ਕਰਕੇ ਡਿਸਕ ਦੀ ਪ੍ਰੋਬਲਮ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਜੋ ਜੋ ਉਮਰ ਵਧੀ ਜਾਂਦੀ ਹੈ, ਫਿਰ ਜਿਹਨੂੰ ਅਸੀਂ ਡੀਜਨੇਟਿਵ ਚੇਂਜਿਸ ਕਹਿੰਦੇ ਹਾਂ, ਮਤਲਬ ਜਿਹਨੂੰ ਕਹਿੰਦੇ ਅਸੀਂ ਗੈਪ ਘੱਟ ਗਿਆ, ਮਣਕਿਆਂ ਦਾ ਗੈਪ ਘੱਟ ਗਿਆ, ਉਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਅਲੱਗ ਅਲੱਗ ਏਜ ਗਰੁੱਪ 'ਤੇ ਅਲੱਗ ਅਲੱਗ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਮਣਕਿਆਂ ਦਾ ਗੈਪ ਘੱਟ ਗਿਆ, ਕਿ ਏਜ ਦੇ ਨਾਲ ਜਿਹੜੀਆਂ ਤਕਲੀਫਾਂ ਆ ਰਹੀਆਂ ਹਨ, ਜੇ ਏਜ ਦੇ ਨਾਲ ਆ ਰਹੀਆਂ ਤਾਂ ਕੀ ਇਹਨਾਂ ਤੋਂ ਆਪਾਂ ਬਚਾਅ ਵੀ ਕਰ ਸਕਦੇ ਹੈਗੇ? ਇੱਕ ਤਾਂ ਹੁੰਦੀ ਹੈ ਕਿ ਅਚਾਨਕ ਜੇ ਕੋਈ ਤਕਲੀਫ ਆ ਗਈ, ਤੁਸੀਂ ਦੱਸ ਰਹੇ ਹੋ ਕਿ ਜਿਹੜੀ ਉਮਰ ਦੇ ਨਾਲ ਤਕਲੀਫਾਂ ਜੁੜੀਆਂ ਹੋਈਆਂ, ਉਹਨਾਂ ਦੇ ਲਈ ਆਪਾਂ ਨੂੰ ਕਿਹੜੇ ਅਜਿਹੇ ਆਪਾਂ ਕਹਿ ਸਕਦੇ ਪ੍ਰੀਵੈਂਟਿਵ ਮੈਥਡਸ ਇੱਦਾਂ ਦੇ ਕਿਹੜੇ ਲੈ ਸਕਦੇ ਹਾਂ ਜਿਹਦੇ ਨਾਲ ਆਪਾਂ ਕੁਛ ਹੱਦ ਤੱਕ ਆਪਣੇ ਆਪ ਨੂੰ ਇਸ ਤਕਲੀਫ ਤੋਂ ਜਾਣ ਤੋਂ ਬਚਾ ਸਕਦੇ ਹਾਂ? ਮੈਡਮ, ਸਭ ਤੋਂ ਪਹਿਲੇ ਤਾਂ ਤੁਹਾਨੂੰ ਥੋੜ੍ਹੀ ਜਿਹੀ ਮੈਂ ਨੌਲੇਜ ਦੇਣਾ ਚਾਹੂੰਗਾ। ਜੀ ਬਿਲਕੁਲ। ਕਿ ਬੇਸਿਕਲੀ ਹੈ ਕੀ ਹੈ? ਜੀ, ਇਹ ਸਾਡੀ ਰੀੜ੍ਹ ਦੀ ਹੱਡੀ ਹੈ। ਜੀ, ਇਹ ਮਣਕੇ ਹੁੰਦੇ ਹੈ। ਜੀ, ਇਹ ਦੋ ਮਣਕਿਆਂ ਦੇ ਵਿੱਚ ਇੱਕ ਡਿਸਕ ਹੁੰਦੀ ਹੈ। ਜੀ, ਇਹਦੇ ਪਿੱਛੇ ਮੇਨ ਜਿਹੜੀ ਹੈ ਸਾਡੀ ਕਰੰਟ ਦੀ ਨਾੜ ਆਉਂਦੀ ਹੈ, ਇਹਦੇ ਸਾਈਡਾਂ ਤੋਂ ਦੋ ਨਸਾਂ ਨਿਕਲਦੀਆਂ ਜਿਹੜੀਆਂ ਕਿ ਸਾਡੀਆਂ ਲੱਤਾਂ ਨੂੰ ਜਾਂ ਬਾਹਾਂ ਨੂੰ ਸਪਲਾਈ ਕਰਦੀਆਂ। ਠੀਕ, ਕੀ ਹੁੰਦਾ, ਜੋ ਜੋ ਏਜ ਨਿਕਲੀ ਜਾਂਦੀ ਹੈ ਇਹ ਡਿਸਕ ਆਪਣੀ ਆਪਣਾ ਪਾਣੀ ਛੱਡੀ ਜਾਂਦੀ ਹੈ, ਹੌਲੀ ਹੌਲੀ ਕਰਕੇ ਕੀ ਹੁੰਦਾ, ਜਿਹੜਾ ਗੈਪ, ਇਹ ਵਾਲਾ ਗੈਪ ਇੱਥੇ ਹੁੰਦਾ,
ਨਾਰਮਲੀ ਇਹ ਹੌਲੀ ਹੌਲੀ ਘਟੀ ਜਾਂਦਾ। ਜਦੋਂ ਇਹ ਗੈਪ ਘਟਦਾ, ਇਹ ਨਾੜ ਜਿਹੜੀ ਤੁਸੀਂ ਦੇਖ ਸਕਦੇ ਹੋ, ਇਹ ਨਾੜ ਦਾ ਜਿੱਥੋਂ ਨਿਕਲਦੀ ਹੈ ਸਪੇਸ ਘਟਣਾ ਸ਼ੁਰੂ ਹੋ ਜਾਂਦਾ। ਅਤੇ ਜਦ ਤੱਕ ਤਾਂ ਬੱਚਾ ਜਵਾਨ ਹੈ, ਉਹਦੇ ਤਾਂ ਜਾਂ ਕੋਈ ਸੱਟ ਲੱਗੇਗੀ, ਜਾਂ ਕੋਈ ਸਪੋਰਟਸ ਇੰਜਰੀ ਹੋ ਗਈ, ਜਾਂ ਕੋਈ ਗਿਰ ਗਿਆ ਤਾਂ ਹੁੰਦੀ ਹੈ। ਅਤੇ ਜਿਹੜੇ ਮਿਡਲ ਏਜ ਬੰਦੇ ਹੋ ਗਏ, ਉਹਨਾਂ ਵਿੱਚ ਇਹ ਡਿਸਕ ਬਾਹਰ ਨਿਕਲ ਕੇ ਨਾੜ ਨੂੰ ਦੱਬ ਦਿੰਦੀ ਹੈ। ਪਰ ਜਿਹੜੇ ਬਜ਼ੁਰਗ ਲੋਕ ਆ ਗਏ, ਉਹਨਾਂ 'ਚ ਇਹ ਗੈਪ ਮਲਟੀਪਲ ਲੈਵਲ 'ਤੇ ਘੱਟ ਜਾਂਦਾ ਅਤੇ ਇਹ ਨਾੜਾਂ ਦਬਾਈਆਂ ਜਾਂਦੀਆਂ, ਫਿਰ ਉਹਨਾਂ ਦੀਆਂ ਲੱਤਾਂ ਜਾਂ ਬਾਹਾਂ ਵਿੱਚ ਦਰਦ ਆਉਣੀ ਸ਼ੁਰੂ ਹੋ ਜਾਂਦੀ ਹੈ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਜਿਹੜੇ ਬਜ਼ੁਰਗ ਲੋਕ ਹਨ, ਉਹਨਾਂ ਦੇ ਵਿੱਚ ਇਹ ਗੈਪ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਅਤੇ ਨਾੜਾਂ ਨੂੰ ਦਬਾਉਣਾ ਸ਼ੁਰੂ ਕਰ ਦਿੰਦਾ ਹੈਗਾ, ਅਤੇ ਇਹਦੇ ਤੋਂ ਬਚਾਵ ਜੇ ਰੱਖਣਾ ਹੈ ਅਤੇ ਕੀ ਇਸ ਤਰ੍ਹਾਂ ਦੇ ਤਰੀਕੇ, ਆਪਾਂ ਕੋਈ ਐਕਸਰਸਾਈਜ਼ ਹੈ, ਕੋਈ ਇਸ ਤਰ੍ਹਾਂ ਦੀ ਡਾਇਟ ਹੈਗੀ ਹੈ, ਕੁਛ ਇਸ ਤਰ੍ਹਾਂ ਦੇ ਤਰੀਕੇ ਜਿਹਦੇ ਨਾਲ ਆਪਾਂ ਕੁਛ ਬਚਾਵ ਕਰ ਸਕਦੇ ਹਾਂ ਕਿ ਜਿਹੜਾ ਇਹ ਗੈਪ ਹੈਗਾ ਇਹ ਨਾ ਘਟੇ? ਮੈਡਮ, ਇਹ ਰੋਕ ਤਾਂ ਕੋਈ ਨਹੀਂ ਸਕਦਾ, ਇਹ ਨੈਚੁਰਲ ਪ੍ਰੋਸੈਸ ਹੈਗੀ ਹੈ। ਜੋ ਜੋ ਤੁਹਾਡੀ ਉਮਰ ਹੋਣੀ ਹੈ, ਗੈਪ ਘਟਣਾ, ਅਸੀਂ ਕੀ ਕਰ ਸਕਦੇ ਹਾਂ, ਗੈਪ ਨੂੰ ਰਾਈਟ ਪੋਜੀਸ਼ਨ ਇਹਦੀ ਥੋੜ੍ਹੀ ਲਾਈਫ ਵਧਾ ਸਕਦੇ ਹਾਂ, ਉਹ ਰੈਗੂਲਰ ਐਕਸਰਸਾਈਜ਼ ਦੇ ਨਾਲ, ਰਾਈਟ ਪੋਸਚਰ ਨਾਲ। ਅਤੇ ਜਦੋਂ ਵੀ ਕੋਈ ਪ੍ਰੋਬਲਮ ਆਵੇ, ਆਪਣੇ ਡਾਕਟਰ ਨੂੰ ਜਲਦੀ ਕੰਸਲਟ ਕਰਕੇ ਅਸੀਂ ਇਹਦੇ ਤੋਂ ਜੀ। ਦਰਸ਼ਕੋ, ਜਿਵੇਂ ਡਾਕਟਰ ਸਾਹਿਬ ਦੱਸ ਰਹੇ ਕਿ ਕੁਛ ਚੀਜ਼ਾਂ ਅਜਿਹੀਆਂ ਹਨ ਜਿਹੜੇ ਕਿ ਸਾਡੀ ਉਮਰ ਦੇ ਨਾਲ ਕੁਛ ਸਰੀਰਕ ਬਦਲਾਵ ਅਜਿਹੇ ਹਨ ਜਿਹੜੇ ਆਉਣੇ ਹੀ ਆਉਣੇ ਹੈਗੇ, ਇੱਕ ਨੈਚੁਰਲ ਪ੍ਰੋਸੈਸ ਹੈ ਜਿੱਦਾਂ ਸਾਡੇ ਡਾਕਟਰ ਦੱਸ ਰਹੇ ਹਨ, ਇਹਨਾਂ ਨੂੰ ਆਪਾਂ ਕੁਛ ਹੱਦ ਤੱਕ ਬਚਾ ਸਕਦੇ ਹਾਂ ਕਿ ਆਪਾਂ ਜਿਹੜਾ ਉਹ ਪ੍ਰੋਸੈਸ ਨੈਚੁਰਲੀ ਏਜ ਦੇ ਨਾਲ ਉਮਰ ਦੇ ਨਾਲ ਆਉਣਾ ਉਹ ਛੇਤੀ ਨਾ ਆ ਜਾਵੇ, ਉਹਦੇ ਸਮੇਂ ਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਜੇ ਆਪਾਂ ਆਪਣਾ ਬੈਠਣ ਦਾ ਤਰੀਕਾ ਸਹੀ ਰੱਖੀਏ। ਜਿਵੇਂ ਉਹ ਦੱਸ ਰਹੇ, ਇੱਕ ਪੋਸਚਰ ਸਾਡਾ ਬੈਠਣ ਦਾ ਤਰੀਕਾ ਸਹੀ ਹੋਵੇ, ਸਾਡੀ ਐਕਸਰਸਾਈਜ਼ ਵਧੀਆ ਹੋਵੇ ਕਿ ਆਪਾਂ ਆਪਣੀ ਸੀਡੈਂਟਰੀ ਲਾਈਫ ਨਾ ਜੀਏ, ਕਿ ਆਪਾਂ ਪੈਦਲ ਨਾ ਤੁਰੀਏ, ਕੰਮ ਕਾਜ ਆਪੇ ਨਾ ਕਰੀਏ। ਇਹ ਕੁਛ ਚੀਜ਼ਾਂ ਹਨ ਜਿਹੜੀਆਂ ਸਾਨੂੰ ਮਦਦ ਕਰ ਸਕਦੀਆਂ ਅਤੇ ਆਪਾਂ ਆਪਣੀ ਤਕਲੀਫ ਦੇ ਵਿੱਚ ਕਮੀ ਲਿਆ ਸਕਦੇ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਇਸ ਨੂੰ ਆਪਾਂ ਕੁਛ ਹੱਦ ਤੱਕ ਬਚਾ ਸਕਦੇ ਹਾਂ, ਜੇ ਇੱਕ ਵਾਰੀ ਤਕਲੀਫ ਆ ਜਾਂਦੀ ਹੈਗੀ ਹੈ, ਫਿਰ ਸਾਡੇ ਕੋਲ ਕੀ ਹੱਲ ਹੈਗੇ ਇਹਦੇ ਲਈ? ਦੇਖੋ ਜੀ, ਸਭ ਤੋਂ ਪਹਿਲੇ ਤਾਂ ਅਸੀਂ ਮਰੀਜ਼ ਨੂੰ ਉਹਦੀ ਇਵੈਲੂਏਟ ਕਰਦੇ ਹਾਂ, ਦੇਖਦੇ ਹਾਂ ਕਿਸ ਚੀਜ਼ ਕਰਕੇ ਹੋਈ ਹੈ, ਇਹ ਡਿਸਕ ਕਰਕੇ ਹੋਈ ਹੈ ਜਾਂ ਪਿਛਲੇ ਜੋੜ ਦੇ ਕਰਕੇ ਹੋਈ ਹੈ। ਪੂਰਾ ਐਗਜ਼ਾਮਿਨ ਕਰਨ ਤੋਂ ਬਾਅਦ ਸਭ ਤੋਂ ਪਹਿਲੇ ਤਾਂ ਅਸੀਂ ਕੁਛ ਦਰਦ ਦੀਆਂ ਦਵਾਈਆਂ ਜੀ, ਉਹ ਵੀ ਸਾਡੀ ਮਰਜ਼ੀ ਨਾਲ ਜਿਸ ਹਿਸਾਬ ਨਾਲ ਅਸੀਂ ਦੇ ਰਹੇ ਮਰੀਜ਼ ਨੂੰ ਉਦੇ ਲੈਣੀ ਚਾਹੀਦੀ ਹੈ। ਫਿਰ ਉਸ ਤੋਂ ਬਾਅਦ ਜੇ ਸਾਨੂੰ ਲੱਗਦਾ ਕੋਈ ਹੋਰ ਪ੍ਰੋਬਲਮ ਜ਼ਿਆਦਾ ਹੈ, ਸਾਨੂੰ ਉਹਦੇ ਐਕਸਰੇ ਕਰਨੇ ਪੈਂਦੇ ਹੈ, ਕਈ ਵਾਰ ਉਹਦਾ MRI ਸਕੈਨ ਜਾਂ CT ਸਕੈਨ ਕਰਨ ਦੀ ਵੀ ਲੋੜ ਪੈਂਦੀ ਹੈ ਜੀ। ਇਹ ਕਰਨ ਤੋਂ ਬਾਅਦ ਫਿਰ ਅਸੀਂ ਦੇਖੀਦਾ ਹੈ ਕਿ ਕਿਸ ਚੀਜ਼ ਦੇ ਕਰਕੇ ਇਹਨੂੰ ਤਕਲੀਫ ਹੈ। ਆਮ ਤੌਰ 'ਤੇ 80-90% ਲੋਕ ਦਵਾਈਆਂ ਨਾਲ, ਚੇਂਜ ਆਫ ਪੋਸਚਰ ਨਾਲ ਅਤੇ ਐਕਸਰਸਾਈਜ਼ ਦੇ ਨਾਲ ਠੀਕ ਹੋ ਜਾਂਦੇ ਆ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਆਮ ਤੌਰ 'ਤੇ 80-90% ਮਰੀਜ਼ ਦਵਾਈਆਂ ਨਾਲ ਠੀਕ ਹੋ ਜਾਂਦੇ ਆ, ਟੈਸਟ ਦੇ ਵਿੱਚ ਤੁਸੀਂ ਦੱਸਿਆ MRI, ਐਕਸਰੇ, CT ਸਕੈਨ ਦੀ ਲੋੜ ਪੈਂਦੀ ਹੈਗੀ ਹੈ। ਤੁਸੀਂ ਗੱਲ ਕੀਤੀ ਕੁਛ ਪੇਨ ਕਿਲਰਸ ਕਈ ਵਾਰੀ ਵਰਤਣੇ ਪੈਂਦੇ ਹੈਗੇ ਆ, ਅਤੇ ਮੈਂ ਪੁੱਛਣਾ ਚਾਹਾਂਗੀ ਕਿ ਕਈ ਵਾਰੀ ਜਦੋਂ ਸਾਨੂੰ ਘਰ ਆਪਣੇ ਦਰਦ ਹੁੰਦੀ ਹੈਗੀ ਹੈ ਅਤੇ ਆਮ ਤੌਰ 'ਤੇ ਆਪਾਂ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਪੇਨ ਕਿਲਰ ਦੀ ਵਰਤੋਂ ਆਪ ਕਰ ਲਈਦੀ ਹੈਗੀ ਹੈ ਬਿਨਾਂ ਡਾਕਟਰ ਤੋਂ ਜਾਏ, ਮੈਂ ਆਪਣਾ ਸਵਾਲ ਤੁਹਾਡੇ ਤੱਕ ਵਾਪਸ ਲੈ ਕੇ ਆਵਾਂਗੀ। ਇੱਕ ਦਰਸ਼ਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਹਨ, ਕੁਛ ਪੁੱਛਣਾ ਚਾਹ ਰਹੇ ਹਨ। ਹੈਲੋ 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 ਡਾਕਟਰ ਸਾਹਿਬ, ਨਮਸਕਾਰ ਜੀ। ਨਮਸਕਾਰ ਜੀ। ਹਾਂਜੀ ਡਾਕਟਰ ਸਾਹਿਬ, ਮੈਂ ਵਰਿੰਦਰ ਕੁਮਾਰ ਕਾਲੜਾ ਬੋਲ ਰਿਹਾ ਫਾਜ਼ਿਲਕਾ ਤੋਂ। ਮੇਰੀ ਉਮਰ ਜੀ 37 ਸਾਲ ਹੈ। ਅੱਛਾ ਜੀ। ਔਰ ਹਾਂਜੀ, ਤੇ ਮੇਰਾ ਗੋਡਾ ਨਾ ਬੈਠਦਾ ਸਿੱਧਾ, ਮੇਜ਼ ਤੇ ਬਹਿ ਗਿਆ ਥੱਲੇ ਕਰਨਾ ਵਾਰ ਵਾਰ, ਉਹ ਜਦੋਂ ਜਿੰਨੇ ਵਾਰ ਉਹ ਐਸਾ ਉਸਾ ਕਰਨਾ, ਉਹ ਕੜਚ ਕੜਚ ਦੀ ਆਵਾਜ਼ ਆਉਂਦੀ ਜੀ। ਡਾਕਟਰ ਸਾਹਿਬ, ਮੈਂ ਦਵਾਈ ਲਈ ਸੀ, ਡਾਕਟਰ ਸਾਹਿਬ ਨੂੰ ਦਿਖਾਇਆ ਸੀ, ਉਹ ਕਹਿੰਦੇ ਕੈਲਸ਼ੀਅਮ ਦੀ ਘਾਟ ਹੈ। ਉਹ ਮੈਂ ਦਵਾਈ ਵੀ ਖਾਧੀ, ਉਹ ਕਹਿੰਦੇ ਤੁਸੀਂ ਸਾਈਕਲ ਚਲਾਓ, ਮੈਂ ਸਾਈਕਲ ਵੀ ਚਲਾਇਆ, ਕਾਫੀ ਚਿਰ ਚਲਾਉਂਦਾ ਰਿਹਾ, ਪਰ ਉਹ ਹਜੇ ਤੱਕ ਮੇਰਾ ਉਹ ਤਕਲੀਫ ਮੈਨੂੰ ਗਈ ਨੀ, ਤੇ ਆਵਾਜ਼ ਕੜਚ ਕੜਚ ਆਉਂਦੀ। ਤੁਹਾਡੇ ਕੋਈ ਸੱਟ ਤਾਂ ਨਹੀਂ ਲੱਗੀ ਸੀ? ਨਹੀਂ, ਸੱਟ ਨੀ ਲੱਗੀ। ਅੱਛਾ, ਤੁਹਾਡੀ ਬਿਲਕੁਲ ਨਹੀਂ ਲੱਗੀ? ਹਾਂਜੀ ਸਹੀ ਹੈ, ਬਿਲਕੁਲ ਐਕਸਰੇ ਵੀ ਕਰਾਇਆ, ਸਭ ਕੁਛ ਕਰਾਇਆ। ਤੁਹਾਡੀ ਤਕਲੀਫ ਸੁਣ ਕੇ ਏਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਹਾਡੀ ਕਾਰਟੀਲੇਜ ਘਟਣੀ ਸ਼ੁਰੂ ਹੋ ਗਈ ਹੈ। ਠੀਕ ਹੈ, ਆਵਾਜ਼ ਵਿੱਚ ਤਾਂ ਆਉਂਦੀ ਹੈ ਜਦੋਂ ਗਰੀਸ ਦੀ ਲੇਅਰ, ਜਿਹਨੂੰ ਕਾਰਟੀਲੇਜ ਨੂੰ ਅਸੀਂ ਪੰਜਾਬੀ 'ਚ ਗਰੀਸ ਕਹਿ ਦਿੰਦੇ ਹਾਂ, ਜਦੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਤੁਹਾਨੂੰ ਮੇਰੇ ਖਿਆਲ 'ਚ ਕੁਝ ਐਕਸਰਸਾਈਜ਼ਾਂ ਕਰਨੀਆਂ ਚਾਹੀਦੀਆਂ। ਸਾਈਕਲ ਚਲਾਉਣਾ ਬਹੁਤ ਵਧੀਆ ਐਕਸਰਸਾਈਜ਼ ਹੈ। ਹਾਂ, ਕੈਲਸ਼ੀਅਮ ਦੀ ਘਾਟ ਕਰਕੇ ਨਹੀਂ ਹੁੰਦਾ, ਪਰ ਫਿਰ ਵੀ ਕੈਲਸ਼ੀਅਮ ਖਾ ਲਓ ਤਾਂ ਕੋਈ ਨੁਕਸਾਨ ਨਹੀਂ ਹੈਗਾ ਉਹਦਾ। ਇੱਕ ਐਕਸਰੇ ਕਰਵਾ ਕੇ ਦੇਖਵਾਓ ਆਪਣੇ ਡਾਕਟਰ ਦੇ ਕੋਲ ਜੋ ਵੀ ਹੈ। ਹੁਣ ਕੁਝ ਇਹੋ ਜਿਹੀਆਂ ਦਵਾਈਆਂ ਹੈਗੀਆਂ ਜਿਹਨਾਂ ਨਾਲ ਕਾਰਟੀਲੇਜ ਦੀ ਲਾਈਫ ਵਧਾਈ ਜਾ ਸਕਦੀ ਹੈ। ਇਹਨੂੰ ਪੂਰਾ ਨਹੀਂ ਠੀਕ ਕੀਤਾ ਜਾਂਦਾ, ਪਰ ਇਹਨੂੰ ਇੰਪਰੂਵ ਕੀਤਾ ਜਾ ਸਕਦਾ, ਤੁਹਾਡੇ ਸਿੰਪਟਮ ਠੀਕ ਹੋ ਸਕਦੇ ਨੇ ਜੀ।
ਡਾਕਟਰ ਸਾਹਿਬ ਜਿਵੇਂ ਉਹਨਾਂ ਨੇ ਦੱਸਿਆ ਕਿ ਮੈਂ ਕੈਲਸ਼ੀਅਮ ਵੀ ਖਾਧਾ ਹੈਗਾ, ਕੈਲਸ਼ੀਅਮ ਵੀ ਖਾ ਰਿਹਾ ਹੈਗਾ, ਅਤੇ ਪਹਿਲਾਂ ਮੈਂ ਆਪਣਾ ਪੁਰਾਣਾ ਵਾਲਾ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਅਸੀਂ ਆਮ ਤੌਰ 'ਤੇ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਦਰਦ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਹੈ, ਤਕਲੀਫ ਜ਼ਿਆਦਾ ਹੋ ਰਹੀ ਹੁੰਦੀ ਹੈ, ਅਤੇ ਪੇਨ ਕਿਲਰਸ ਦੀ ਵਰਤੋਂ ਕਰ ਲਈਦੀ ਹੈਗੀ, ਅਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਕਿ ਜ਼ਿਆਦਾ ਪੇਨ ਕਿਲਰ ਵਰਤਣ ਦੇ ਨਾਲ ਸਾਡੀਆਂ ਕਿਡਨੀਆਂ 'ਤੇ ਅਸਰ ਆਉਂਦਾ ਹੈਗਾ, ਅਤੇ ਪਰ ਹੱਲ ਉਸ ਵੇਲੇ ਪੇਨ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਦਰਦ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ, ਦਰਦ ਦੀਆਂ ਦਵਾਈਆਂ ਦੀ ਲੋੜ ਪੈਂਦੀ ਹੈ। ਮੈਂ ਪੁੱਛਣਾ ਚਾਹਾਂਗੀ ਕਿੰਨੀ ਕੁ ਦੇਰ ਤੱਕ ਆਪਾਂ ਦਰਦ ਦੇ ਵਿੱਚ ਪੇਨ ਕਿਲਰਸ ਦੀ ਵਰਤੋਂ ਕਰ ਸਕਦੇ ਹਾਂ? ਦੇਖੋ ਜੀ, ਇਮੀਡੀਏਟਲੀ ਜੇ ਦਰਦ ਹੋਵੇ ਇੱਕ ਜਾਂ ਦੋ ਪੇਨ ਕਿਲਰ ਤਾਂ ਤੁਸੀਂ ਲੈ ਸਕਦੇ ਹੋ, ਪਰ ਜੇ ਲੱਗਦਾ ਤੁਹਾਨੂੰ ਇੱਕ ਦਿਨ ਜਾਂ ਦੋ ਦਿਨ ਤੋਂ ਬਾਅਦ ਦਰਦ ਫਰਕ ਨਹੀਂ ਪੈਂਦਾ, ਤੁਹਾਨੂੰ ਆਪਣੇ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ। ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਪੇਨ ਕਿਲਰ ਜੇ ਪ੍ਰੋਪਰ ਤਰੀਕੇ ਨਾਲ ਨਹੀਂ ਲਿੱਤੀਆਂ ਜਾਣ ਤਾਂ ਤੁਹਾਡੀ ਕਿਡਨੀਆਂ ਨੂੰ ਨੁਕਸਾਨ ਕਰ ਸਕਦਾ ਹੈ, ਸ਼ੂਗਰ ਵਾਲੇ ਮਰੀਜ਼ ਨੂੰ ਇਹ ਹੋਰ ਵੀ ਨੁਕਸਾਨਦਾਇਕ ਹੁੰਦੀ ਹੈ। ਜੀ ਡਾਕਟਰ ਸਾਹਿਬ, ਇਹ ਸਾਡੇ ਦਰਸ਼ਕਾਂ ਲਈ ਇੱਕ ਬਹੁਤ ਵਧੀਆ ਜਾਣਕਾਰੀ ਹੈਗੀ ਹੈ। ਦਰਸ਼ਕੋ, ਜ਼ਿੰਦਗੀ ਬਹੁਤ ਅਹਿਮ ਹੈਗੀ ਹੈ, ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਕਿ ਜੇ ਦਰਦ ਹੈਗੀ ਹੈ, ਕੋਸ਼ਿਸ਼ ਇਹ ਕਰੋ ਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਕਿਸੇ ਵੀ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਆਪਣੇ ਆਪ ਨਾ ਕੀਤੀ ਜਾਵੇ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਇੱਕ ਜਾਂ ਦੋ ਦਿਨ ਤੱਕ ਅਸੀਂ ਪੇਨ ਕਿਲਰ ਲੈ ਕੇ ਜਦੋਂ ਦੇਖਦੇ ਹਾਂ ਸਾਨੂੰ ਦਰਦ ਨੂੰ ਆਰਾਮ ਨਹੀਂ ਮਿਲਦਾ, ਅਤੇ ਆਪਣੇ ਨੇੜੇ ਦੇ ਉਸ ਫੀਲਡ ਦੇ ਉਸ ਚੀਜ਼ ਦੇ ਮਾਹਰ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ, ਅਤੇ ਉਸਦੀ ਸਲਾਹ ਦੇ ਹਿਸਾਬ ਦੇ ਨਾਲ ਅੱਗੇ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੋਈ ਵੀ ਅਜਿਹੀ ਦਵਾਈ ਜਿਹੜੀ ਸਾਡੀ ਤਕਲੀਫ ਨੂੰ ਨਹੀਂ ਘਟਾ ਰਹੀ, ਉਹ ਸਾਡੀ ਤਕਲੀਫ ਨੂੰ ਅੱਗੇ ਜਾ ਕੇ ਵਧਾ ਜ਼ਰੂਰ ਸਕਦੀ ਹੈ। ਜੀ ਡਾਕਟਰ ਸਾਹਿਬ, ਨਾਲ ਜੁੜਦਾ ਸਵਾਲ ਕਿ ਜਿੱਦਾਂ ਸਾਡੇ ਦਰਸ਼ਕ ਕਹਿੰਦੇ ਕੈਲਸ਼ੀਅਮ ਵੀ ਅਸੀਂ ਲਿੱਤਾ ਹੈਗਾ, ਅੱਜ ਕੱਲ੍ਹ ਅਸੀਂ ਬਹੁਤ ਆਮ ਤੌਰ 'ਤੇ ਸੁਣਦੇ ਹੈਗੇ ਹਾਂ ਕਿ ਵਿਟਾਮਿਨ ਡੀ ਦੀ ਕਮੀ, ਜਿਵੇਂ ਤੁਸੀਂ ਦੱਸਿਆ ਕਿ ਗੋਡਿਆਂ ਦੀਆਂ ਤਕਲੀਫਾਂ ਇੰਨੀਆਂ ਜ਼ਿਆਦਾ ਕਾਮਨ ਹੋ ਗਈਆਂ ਕਿ ਮਰੀਜ਼ਾਂ ਦੀ ਤਾਦਾਦ ਹਸਪਤਾਲ ਦੇ ਵਿੱਚ ਇਸੀ ਤਕਲੀਫ ਦੇ ਨਾਲ ਵੱਧ ਗਈ ਹੈ, ਅਤੇ ਵਿਟਾਮਿਨ ਡੀ ਕੀ ਅਜਿਹਾ ਰੋਲ ਪਲੇ ਕਰਦੀ ਹੈਗੀ ਹੈ, ਕਿਉਂ ਇਸ ਦੀ ਜ਼ਰੂਰਤ ਹੈਗੀ ਹੈ, ਕਿੰਨਾ ਫਾਇਦਾ ਹੁੰਦਾ ਇਹਦੇ ਨਾਲ? ਵਿਟਾਮਿਨ ਡੀ ਇੱਕ ਤਰ੍ਹਾਂ ਦਾ ਬੋਡੀ 'ਚ ਕੈਲਸ਼ੀਅਮ ਦਾ ਬੈਲੈਂਸਰ ਹੈ ਜੀ। ਇਹਦਾ ਕੰਮ ਹੈ ਕਿ ਜਿਹੜੀ ਕੈਲਸ਼ੀਅਮ ਦੀ ਹੱਡੀਆਂ ਨੂੰ ਜ਼ਰੂਰਤ ਹੈਗੀ ਹੈ, ਉਹ ਤੁਹਾਡੀ ਖੁਰਾਕ ਦੇ ਵਿੱਚੋਂ ਉਹਨਾਂ ਕੈਲਸ਼ੀਅਮ ਕੱਢ ਕੇ ਹੱਡੀਆਂ ਵਿੱਚ ਡਿਪੋਜ਼ਿਟ ਕਰਦੇ ਹੋ ਜੀ, ਕੈਲਸ਼ੀਅਮ ਨੂੰ ਬੈਲੈਂਸ ਕਰਨ ਦੇ ਕੰਮ ਆਉਂਦਾ ਜੀ, ਇਸ ਕਰਕੇ ਇਹਦੀ ਇੰਪੋਰਟੈਂਸ ਹੈਗੀ ਜੀ। ਅਤੇ ਵਿਟਾਮਿਨ ਡੀ ਦੇ ਸਪਲੀਮੈਂਟਸ ਆਪ ਲੈਣੇ ਚਾਹੀਦੇ ਆ, ਕਿੰਨੀ ਕੁ ਉਮਰ ਤੋਂ ਇਹਨੂੰ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ? ਵੈਸੇ ਤਾਂ ਜਿਹੜਾ ਬੰਦਾ ਅੰਡੇ ਖਾ ਲੈਂਦਾ ਹੈ, ਨੋਨ ਵੈਜ ਖਾ ਲੈਂਦਾ ਹੈ, ਉਹਨੂੰ ਵਿਟਾਮਿਨ ਡੀ ਨੈਚੁਰਲ ਤਰੀਕੇ ਨਾਲ ਮਿਲ ਜਾਂਦਾ ਹੈ ਜੀ। ਜਿਹੜੇ ਕਿ ਸੂਰਜ ਨੂੰ ਐਕਸਪੋਜ਼ ਹੁੰਦੇ ਆ, ਜਿਹੜੇ ਮਜ਼ਦੂਰ ਲੋਕ ਹੈ ਉਹਨਾਂ ਨੂੰ ਤਾਂ ਵਿਟਾਮਿਨ ਡੀ ਮਿਲ ਜਾਂਦਾ ਹੈ, ਪਰ ਜਿਹੜੇ ਲੋਕ ਘਰਾਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਸਪਲੀਮੈਂਟ ਲੈਣੇ ਚਾਹੀਦੇ ਆ। ਵਿਟਾਮਿਨ ਡੀ ਦਾ ਇੱਕ ਖਿਆਲ ਵੀ ਰੱਖਣਾ ਚਾਹੀਦਾ ਹੈ ਕਿ ਤੁਸੀਂ ਵਿਟਾਮਿਨ ਡੀ ਬਹੁਤਾ ਜ਼ਿਆਦਾ ਵੀ ਨਹੀਂ ਲੈ ਸਕਦੇ, ਨਹੀਂ ਤਾਂ ਇਹਦੀ ਟੌਕਸਿਸਿਟੀ ਹੋ ਜਾਵੇ, ਤਾਂ ਫਿਰ ਇਹੀ ਸਾਈਡ ਇਫੈਕਟ ਹੁੰਦੇ ਆ ਜਿਹੜੇ ਕਿ ਘੱਟ ਵਿਟਾਮਿਨ ਡੀ ਦੇ ਹੁੰਦੇ ਨੇ ਜੀ। ਫਿਰ ਉਹੀ ਗੱਲ ਬਾਰ ਬਾਰ ਆ ਰਹੀ ਹੈ ਦਰਸ਼ਕੋ, ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈਆਂ ਦੀ ਵਰਤੋਂ ਆਪ ਨਹੀਂ ਕਰਨੀ ਚਾਹੀਦੀ, ਆਪਣੇ ਟੈਸਟ ਕਰਾ ਕੇ ਟੈਸਟ ਦੇ ਹਿਸਾਬ ਦੇ ਨਾਲ ਹੀ ਅੱਗੇ ਦੀਆਂ ਦਵਾਈਆਂ ਚੱਲਣੀਆਂ ਚਾਹੀਦੀਆਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਰੀੜ੍ਹ ਦੀ ਹੱਡੀ ਦੀ ਤਕਲੀਫ ਜਦੋਂ ਵੱਧ ਜਾਂਦੀ ਹੈਗੀ ਹੈ, ਉਸਦੇ ਇਲਾਜ ਐਕਸਰੇ ਸੀ ਟੀ ਐੱਮ ਆਰ ਆਈ 'ਤੇ ਡਿਪੈਂਡ ਕਰਦਾ ਕੀ ਹੈ, ਕੁਛ ਹੱਦ ਤੱਕ ਬਚਾਇਆ ਜਾ ਸਕਦਾ, ਜੇ ਬਚਾਅ ਸਾਡੇ ਹੱਥ 'ਚ ਨਹੀਂ ਰਹਿ ਜਾਂਦਾ ਤਾਂ ਫਿਰ ਆਖਰੀ ਹੱਲ ਓਪਰੇਸ਼ਨ ਰਹਿ ਜਾਂਦਾ? ਹਾਂ, ਮੈਂ ਇਹ ਨਹੀਂ ਕਹਿੰਦਾ ਕਿ ਓਪਰੇਸ਼ਨ ਰਹਿ ਜਾਂਦਾ, ਪਰ 8-10% ਲੋਕਾਂ ਨੂੰ ਓਪਰੇਸ਼ਨ ਦੀ ਲੋੜ ਵੀ ਪੈਂਦੀ ਹੈ ਜੀ, ਖਾਸ ਕਰਕੇ ਉਦੋਂ ਜਦੋਂ ਕਿ ਡਿਸਕ ਨਿਕਲਣ ਤੋਂ ਬਾਅਦ ਨਸ ਨੂੰ ਦੱਬਦੀ ਪਈ ਹੈ, ਮਰੀਜ਼ ਦਾ 4-6 ਹਫ਼ਤਿਆਂ ਬਾਅਦ ਵੀ ਦਰਦ ਨੂੰ ਫਰਕ ਨਹੀਂ ਪੈਂਦਾ, ਉਸ ਕੰਡੀਸ਼ਨ 'ਚ ਅਸੀਂ ਡਿਸਕ ਨੂੰ ਕੱਢਦੇ ਹਾਂ ਜੀ। ਔਰ ਇਹ ਓਪਰੇਸ਼ਨ ਅੱਜ ਕੱਲ੍ਹ ਦੀ ਨਵੀਂ ਟੈਕਨੀਕਾਂ ਨਾਲ ਕਰੀਏ ਤਾਂ ਬਹੁਤ ਛੋਟੇ ਜਿਹੇ ਚੀਰੇ 'ਚੋਂ ਹੀ ਓਪਰੇਸ਼ਨ ਹੋ ਜਾਂਦਾ ਹੈ ਔਰ ਮਰੀਜ਼ ਕਾਫੀ ਕੰਫਰਟੇਬਲ ਹੋ ਜਾਂਦਾ ਹੈ। ਔਰ ਸਭ ਤੋਂ ਵੱਡੀ ਗੱਲ ਇੱਕ ਜਿਹੜੀ ਮੈਂ ਦੱਸਣੀ ਚਾਹੁੰਦਾ, ਜੇ ਮਰੀਜ਼ ਨੂੰ ਕਦੇ ਲੱਗੇ ਕਿਸੇ ਲੱਤ ਵਿੱਚ ਕਮਜ਼ੋਰੀ ਆ ਗਈ ਜਾਂ ਟੱਟੀ ਪਿਸ਼ਾਬ ਦਾ ਕੰਟਰੋਲ ਪੂਰਾ ਨਹੀਂ ਆ ਰਿਹਾ ਤਾਂ ਉਸ ਮਰੀਜ਼ ਨੂੰ ਜਲਦੀ ਤੋਂ ਜਲਦੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਜੀ। ਕੁਛ ਇਸ ਤਰ੍ਹਾਂ ਦੀਆਂ ਕਹਿ ਸਕਦੇ ਹੋ ਕਿ ਕੰਡੀਸ਼ਨਸ, ਕੁਛ ਇਸ ਤਰ੍ਹਾਂ ਦੇ ਲੱਛਣ ਸਾਈਨਸ ਮਰੀਜ਼ ਦੇ ਸਰੀਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਧਿਆਨ ਦੇਣ ਦੀ ਲੋੜ ਪੈਂਦੀ ਹੈਗੀ ਹੈ, ਕਿ ਜਦੋਂ ਤੁਹਾਨੂੰ ਇਹ ਨਾ ਪਤਾ ਚੱਲੇ ਕਿ ਤੁਹਾਡਾ ਬਾਥਰੂਮ ਅਤੇ ਟੋਇਲਟ ਵਿੱਚ ਨਿਕਲਦਾ ਪਿਆ ਹੈਗਾ ਅਤੇ ਤੁਹਾਨੂੰ ਦਰਦ ਬਹੁਤ ਜ਼ਿਆਦਾ ਹੋ ਜਾਵੇ, ਇਹ ਦਿੱਕਤਾਂ ਦੇ ਵਿੱਚ ਫਟਾਫਟ ਆਪਣੇ ਡਾਕਟਰ ਨੂੰ ਕੰਸਲਟ ਜ਼ਰੂਰ ਕਰਨਾ ਚਾਹੀਦਾ ਜੀ। ਡਾਕਟਰ ਸਾਹਿਬ, ਇੱਕ ਫੋਨ ਕਾਲ ਲੈ ਲਈਏ, ਕੋਈ ਦਰਸ਼ਕ ਤੁਹਾਨੂੰ ਕੁਛ ਪੁੱਛਣਾ ਚਾਹ ਰਹੇ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਨਮਸਕਾਰ ਜੀ, ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ। ਅਨਮੋਲ ਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਜੀ ਮੈਡਮ ਜੀ, ਮੇਰਾ ਜੀ D8 ਔਰ ਜੀ D9 ਮੈਂ ਤੋੜ ਸੀ, ਐਕਸੀਡੈਂਟ ਹੋ ਗਿਆ ਥਾ ਉਸਕੇ ਕਾਰਨ, ਤੋ ਪੈਰਾਲਾਈਸਿਸ ਹੋ ਗਿਆ ਦੋਨੋਂ ਪੈਰ, ਮੈਨੇ ਸਟੈਂਟ ਐਂਡ ਸਰਜਰੀ ਕਰਵਾ ਲਈ ਮੈਡਮ ਜੀ। ਹਾਂਜੀ, ਤੋ ਮੈਂ ਇਹ ਜਾਣ ਸਕ ਸਕੇ ਗਿਆ, ਬਸ ਸਾਈਜ ਕਰਤਾ ਹੂੰ ਔਰ ਖੁਦ ਔਰ ਕਲਿੱਪਰ ਪਹਿਨ ਕੇ ਘੁੰਮਤਾ ਹੂੰ। ਹਾਂ, ਤੋ ਆਜਾ ਕੋਈ ਬਤਾਓ।
देखो जिहड़ी रीढ़ दी हड्डी ते सट लगन तो बाद जिहड़ी रिकवरी है वह एक तो डेढ़ साल विच हो जाती है, जिहदी ये थोड़ा जिहा किस्मत का खेल भी हो जाता है। जे रीढ़ दी नाड़ ज़्यादा सट लग गई होवे जिहड़ी कि रिकवर नहीं हो सकती, उस कंडीशन च जे डेढ़ साल तक रिकवरी नहीं होंदी या दो साल तक रिकवरी नहीं होंदी फिर चांस रिकवरी होंदे बहुत थोड़े होंदे है। उस कंडीशन विच थानू की करना चाहिए कि अपनी फिजियोथेरेपी करवाते रहो, अपने बैड सोर ना होने दो, ये दो चीज़ों का ख्याल रखना चाहिए। जी डॉक्टर साहब, असं गल कर रहे हैं रीढ़ की हड्डी की, नाल ही जुड़ा जुड़ा साडा एक विशा प्रोग्राम का है गोडिया दी तकलीफा। रीढ़ की हड्डी की गल असी की, नाल ही दसो कि गोडिया की तकलीफ क्यों आनी शुरू हो जाती हैगी ते कीड़ियां अजिहियां तकलीफा हन जिहड़ी गोडे दे नाल जुड़दियां हन। देखो गोडे की तकलीफा मैं दो कैटेगरी विच डिवाइड करना चाहूँगा जी। एक तकलीफा तो जिहड़ियां हो गईयां जिहड़ियां कि जवान बंदियां नूं जिहड़े कि 35-35 साल तो नीचे है उन्होंने एक उन्होंने तो उपर वाले जिहड़े कि प्लेयर हो गए या जिहड़े कि बच्चे मतलब स्पोर्ट्स करते हैं प्रॉपर तरीके नहीं करते, उन्होंने लिगामेंट इंजरी जिन्हों कहते हैं लिगामेंट टुट गया या मनिस्कस इंजरी जिन्हों कहते चिल्ली फट गई, ये इंजरियां होती है। पर 30-35 साल तो बाद मे बी 40 साल तो बाद यह गोडे कसन की तकलीफा शुरू हो जाती है। जी डॉक्टर साहब, जिवें तुसीं दस्सिया कि कुछ बच्चे जिहड़े खेड करदे हैगे गेम खेडदे हैगे उन्हां नूं कोई इंजरी हो गई सट लग गई उन्हां नूं भी गोडे दी तकलीफ आ जांदी है चिल्ली फट जांदी हैगी, इहदे विच जिहड़ा इलाज हैगा उह किन्ना कु लंबा चल जांदा हैगा ते उस दौरान उन्हां नूं अपनी गेम छड्डनी पैंदी हैगी? देखो मैडम, ये देखना पैंदा सानूं कि उह किस तरह की सट उहदे होई, चिल्ली फटी या लिगामेंट होया जी, और वैदर की वो जी चिल्ली फटी है वह इदा ही मैनेज हो सकती है कि उन्होंने ऑपरेशन की लड़ पवे, जे तो गोडे फसदी है फिर सूँ ऑपरेशन की लड़ पी है, जे लिगामेंट टुटे पर गोडा संभलता नहीं है वह लगता गोडा निकल जाएगा भजते हुए या एक साइड पर लेंदे हुए उठते बैठते उन्होंने लगता वह गोडा निकल जाएगा, उस कंडीशन सूँ लिगामेंट भी पाने की लड़ पी है फिर ऑपरेशन ही करना पैदा। जी डॉक्टर साहब, ये सगियां बच्चों दी तकलीफां जिहड़े 35-40 तो थले, जिहड़े 35-40 तो उपर की तकलीफ तुसीं दस रहे हो कि उहदे विच सिर्फ इक्को आपां तकलीफ देखदे हां कि गोडे दे विच जिहनूं आपां कहिंदे गैप आ गया अजकल कहिंदे। एक्चुअली मैडम लोग कहिंदे गैप आ गया पर एक्चुअल विच इह गैप घट जांदा है, की हुंदा है दो हड्डियां दे विच जिहड़ी कार्टिलेज हुंदी है उमर दे नाल हौली हौली उह घटनी शुरू हो जांदी है, जदों घटदी है हड्डियां कोल आणियां शुरू हो जांदियां उहदे करके ही कड़कड़ दी आवाज़ आउंदी है ते नाले मरीज नूं दर्द हुंदी है। जी जिवें साडे एक दर्शक ने भी पूछा सीगा कि जी मैं जानना चाहांगी कि तुसीं एक मॉडल अपने नाल लैके भी आए हो, जे इस मॉडल दे राहीं साडे दर्शकां नूं थोड़ा जिहा समझाओ कि किस तरीके दे नाल इह कार्टिलेज जिहड़ा है दिक्कत दिंदा है। हाँ जी, इह जे आपां इक देखिए मॉडल, इह मॉडल एक पासे अद्धा गोडा बदला दिखाया एक पासे नॉर्मल कार्टिलेज दिखाई है जी। ये जिहड़ी हड्डी है इहदे उत्ते एक ग्रीस की लेयर हुंदी है जिहड़ी कि सानू इहदे नाल दर्द नहीं करन दिंदी, जदों असीं तुरदे हां फिरदे हां ਇਹ ਸਾਨੂੰ ਦਰਦ ਤੋਂ ਪ੍ਰੀਵੈਂਟ ਕਰਦੀ ਜੀ। ਜਦੋਂ ਆਪਾਂ ਤੁਰਦੇ ਫਿਰਦੇ ਹਾਂ ਜਦੋਂ ਸਾਡੇ ਗੋਡੇ ਦੀ ਮੂਵਮੈਂਟ ਹੁੰਦੀ ਹੈ ਉੱਪਰ ਥੱਲੇ ਸਾਡਾ ਗੋਡਾ ਫਿਰਦਾ ਹੈ ਅਤੇ ਉਸ ਦੇ ਨਾਲ ਸਾਨੂੰ ਕੋਈ ਦਰਦ ਨਹੀਂ ਮਹਿਸੂਸ ਹੁੰਦੀ ਜੀ। ਇੱਕ ਦਰਸ਼ਕ ਡਾਕਟਰ ਸਾਹਿਬ ਤੁਹਾਨੂੰ ਕੁਛ ਪੁੱਛਣਾ ਚਾਹ ਰਹੇ ਹਨ। ਹੈਲੋ 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 ਜੀ, ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਹਾਂਜੀ ਸਰ, ਮੇਰਾ ਨਾ ਗੋਡਾ ਜਦ ਪੋਖੇ ਕਰਦੀ ਹਾਂ ਤਾਂ ਚੈੜ ਚੈੜ ਕਰਦਾ ਹੈਗਾ ਹੈ। जी जी अमरजीत जी, तुहाडी आवाज पूरी आ रही है, तुसी अपनी गल जारी रखो। हाँ जी, गोडा तो ते ओ हाँ जी चैड़ चैड़ करदा, जे पेन किलर गोली लै जांदी है ना फिर मतलब पीसीएमडी ता 2-3 दिन लग जांदे हैगे आ, उस ते बाद विच फेर दुखदा है, क्या गोली ले सकदे आ 4-3 दिन बाद? हां जी, ओकेजनली जो कदी कदी गोली तुसी लै सकदे हो, थोड़ी जी तुहानू एक्सरसाइज करनी चाहीदी है, साइकिल चलाना शुरू करो या अपने घर के कोल जिहड़ा भी तुहाडे महल्ले के कोल जिहड़ा भी डॉक्टर हड्डियां वाला डॉक्टर है वह तुहानू एक्सरसाइज समझा देगा, उहदे नाल गोड्यां दी लाइफ बच जाएगी। कदी कदी तुसीं गोली लै सकदे हो पर यह लगातार नहीं गोली लैनी जी। अपने प्रोग्राम च असीं पहलां भी दस्सिया हैगा कि कोई भी पेन किलर बहुत ज़्यादा अपनी मर्जी दे नाल नहीं वरतना चाहिदा बिना डॉक्टर की सलाह तो। डॉक्टर साहब, जिवें तुसीं दस रहे सीगे कि ए कार्टिलेज जिहड़ी हैगी है ये दर्द तो बचाती हैगी सानू,
जे तकलीफ बहुत ज्यादा वध जांदी है जिवें आपां कहने आम तौर ते भाषा दे विच वरतदे ग्रीस मुक गई गोडे दी ग्रीस खत्म हो गई फिर उसका इलाज की गोडा बदलना ही रह जांदा नहीं गोडा तो आखिरी स्टेज पर बदलते हैं उस तो पहले असं मरीज नूं एक्सरसाइज समझाने ठीक है थोड़ा जा लाइफ स्टाइल चेंज करते हैं कि थले ना बैठे पैर भार ना बैठे पौड़ियाँ घट चढ़े फिर उस तो बाद उसकी खुराक कुछ मॉडिफाई करते हैं फिर उस तो बाद उन्हें कहने वेट घटावे अपना जी तो नाले कुछ रेगूलर एक्सरसाइज करे कुछ असी दवाइया भी दें पर दवाइया असी उस हिसाब ना दें कि ज़्यादा देर ना खानिया पैन और अजकल कुछ गोलियां कुछ दवाइयां यहो जी आ गई हैं जिन्हां नाल ग्रीस दी लाइफ वधाई जा सकती है जी जे ये भी कम ना करे फिर असी गोड्यां विच एक खास तरह के जिन्हों हाइलोरोनिक एसिड कहते हैं उहदे इंजेक्शन भी लगाने हैं जी जदों ये सारी चीज़ा फेल हो जाए फिर असी गोडे नूं बदलण वाले पासे जाने जी डॉक्टर साहब तुसी अपनी गल दे विच बार बार दो तीन चीज़ों का बहुत ज़्यादा जोर दे रहे हो कि एक्सरसाइज बहुत ज़्यादा जरूरी हैगी है लाइफ स्टाइल मॉडिफिकेशन बहुत ज़्यादा जरूरी है वजन शरीर का जिहड़ा हैगा कि बहुत ज़्यादा नहीं होना चाहिए तो खुराक बहुत वधिया होनी चाहिए हैगी मैं एक छोटा जिहा जानना चाहवांगी कि एक्सरसाइज दे विच कोई अजिही एक्सरसाइज जिहड़ी आपां डेली आम अपनी रूटीन दे विच दिन दे विच अपनी दिनचर्या दे विच शामिल कर सकते हैं बिल्कुल जी एक तो सिंपल जिहा काम हैगा कि तुसी लेट के गोडा सीधा रख के पैर नूं चुकन दी प्रैक्टिस करो जी 45 डिग्री तो ज़्यादा नहीं उपर जाना चाहिए चुक के पांच तक गिनती करो फिर नीचे ले आओ जी फिर दूसरा गोडे दे नीचे कोई कपड़ा रख के गोल कपड़ा रख के गोडे नाल ओह कपड़े नूं नीचे दबाओ जी तीसरा एक साइकलिंग कर सकते हो ये तीन चार चीज़ां नाल तुसी अपने गोडियां नूं काफ़ी हद तक बचा सकते हो जी एक चीज़ होर हुण एक्सरसाइज दे नाल नाल खुराक दे विच कीड़ियां जिहियां चीज़ां आपां शामिल कर सकते हैं जिहदे नाल जिहड़ी आपां कहिंदे हां कि साडी ग्रीस ना बहुती घटे साडे शरीर दे विच कैल्शियम वाइटमिन डी दी कमी ना होवे ते एक चीज़ होर पुछना चाहवांगी कि सप्लीमेंट्स किन्ना मदद करदे आ सप्लीमेंट मैडम अननेसेसरी सप्लीमेंट लैण दा कोई बहुता फायदा नहीं हुंदा जी बट हाँ डाइट दे विच ठीक अमाउंट ऑफ प्रोटीन होवे कार्बोहाइड्रेट होवे ज़्यादा फैट ना हो जी ठीक है ते नाल उना दा प्रॉपर अमाउंट ऑफ विटामिन डी नाल लिता जावे ते वो काफ़ी हैगा जी डॉक्टर साहब गल कर रहे सीगे गोडे दी तकलीफ बारे ते जे गोडा बदलना पैंदा है कि पूरा गोडा बदलना पैंदा है कि कुछ हिस्सा गोडे दा बदलिया जांदा हैगा देखो मैडम ये जिहड़ा सवाल दा जवाब है कि असी जिहड़ा भी ऑपरेशन चाहुंदे आ कि ये थोड़ा ऑपरेशन सारी उम्र ਲਈ ਹੋਵੇ ਜੀ ਬਿਲਕੁਲ ਬਾਰ ਬਾਰ ਨਾ ਬਦਲਣਾ ਜੀ ਬਿਲਕੁਲ ਜਿਹੜੇ ਤਾਂ ਪੇਸ਼ੈਂਟ 60 ਸਾਲ ਦੇ ਹੈਗੇ ਆ ਉਹਨਾਂ ਲਈ ਤਾਂ ਅਸੀਂ ਪੂਰਾ ਗੋਡਾ ਬਦਲ ਸਕਦੇ ਹਾਂ ਜੀ ਠੀਕ ਹੈ ਪਰ ਜਿਹੜੇ ਪੇਸ਼ੈਂਟ ਯੰਗ ਹੈ 40 ਸਾਲ 45 ਸਾਲ ਉਹਨਾਂ ਦੇ ਕੇਸ 'ਚ ਅਸੀਂ ਅੱਧਾ ਗੋਡਾ ਵੀ ਚੇਂਜ ਕਰਦੇ ਹਾਂ ਤਾਂ ਕਿ ਬਾਅਦ 'ਚੋਂ ਕੁਛ ਦੇਰ ਬਾਅਦ ਅਸੀਂ ਪੂਰਾ ਗੋਡਾ ਬਦਲ ਸਕੀਏ ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਪੂਰਾ ਗੋਡਾ ਵੀ ਬਦਲਿਆ ਜਾ ਸਕਦਾ ਅੱਧਾ ਗੋਡਾ ਵੀ ਬਦਲਿਆ ਜਾ ਸਕਦਾ ਹੈਗਾ ਤੇ ਇਹਦੇ ਵਿੱਚ ਪੁੱਛਣਾ ਚਾਹਾਂਗੀ ਜਦੋਂ ਇੱਕ ਵਾਰੀ ਆਪਰੇਸ਼ਨ ਹੁੰਦਾ ਪਹਿਲਾਂ ਤਾਂ ਆਪਰੇਸ਼ਨ ਦਾ ਨਾਂ ਹੀ ਸਾਨੂੰ ਥੋੜ੍ਹਾ ਜਿਹਾ ਡਰਾ ਦਿੰਦਾ ਆਪਰੇਸ਼ਨ ਤੋਂ ਬਾਅਦ ਕੀ ਇਸ ਤਰ੍ਹਾਂ ਦੀਆਂ ਪ੍ਰੀਕੋਸ਼ਨਸ ਹੁੰਦੀਆਂ ਜਿਹੜੇ ਕਿ ਇੱਕ ਮਰੀਜ਼ ਨੂੰ ਕਿਹਨਾਂ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਤੇ ਕਿੰਨੀ ਕੁ ਦੇਰ ਲਈ ਉਹਨੂੰ ਰੈਸਟ ਐਡਵਾਈਸ ਕੀਤੀ ਜਾਂਦੀ ਹੈ ਮੈਡਮ ਰੈਸਟ ਤਾਂ 2 ਜਾਂ 3 ਦਿਨ ਲਈ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਜਦੋਂ ਮੋਬਿਲਾਈਜ਼ ਕਰ ਦਿੰਦੇ ਹਾਂ ਉਸ ਤੋਂ ਬਾਅਦ ਉਹਨੂੰ 2 ਜਾਂ 3 ਹਫ਼ਤਿਆਂ 'ਚ ਆਪਣੀ ਸਟਿੱਕ ਅਤੇ ਵਾਕਰ ਵਗੈਰਾ ਸਭ ਕੁਝ ਛੱਡ ਦਿੰਦਾ ਹੈ ਜੀ ਉਹਨੂੰ ਐਡਵਾਈਸ ਕਰਦੇ ਹਾਂ ਸਭ ਤੋਂ ਜ਼ਿਆਦਾ ਜ਼ਰੂਰੀ ਐਕਸਰਸਾਈਜ਼ ਹੈ ਆਪਰੇਸ਼ਨ ਤੋਂ ਪਹਿਲੇ ਵੀ ਅਤੇ ਬਾਅਦ 'ਚੋਂ ਵੀ ਉਨੀ ਲੋੜ ਹੁੰਦੀ ਹੈ ਜੀ ਅਤੇ ਉਹਨਾਂ ਨੂੰ ਅਸੀਂ ਅੱਜ ਕੱਲ੍ਹ ਗੋਡੇ ਇੰਨੇ ਕੁ ਮੋੜ ਦਿੰਦੇ ਹਾਂ ਕਿ ਚੌਂਕੜੀ ਮਾਰ ਸਕਦਾ ਪਰ ਅਸੀਂ ਇਹ ਨਹੀਂ ਕਹਿੰਦੇ ਕਿ ਰੋਜ਼ ਚੌਂਕੜੀ ਮਾਰੋ ਜੀ ਉਹਨੂੰ ਫੈਸਿਲਿਟੀ ਦੇ ਦਿੰਦੇ ਹਾਂ ਪਰ ਰੋਜ਼ ਯੂਜ਼ ਕਰਨ ਲਈ ਨਹੀਂ ਕਹਿੰਦੇ ਜੀ ਜੀ ਜਿਵੇਂ ਤੁਸੀਂ ਦੱਸਿਆ ਕਿ ਗੋਡਾ ਜਦੋਂ ਇੱਕ ਵਾਰੀ ਆਪਰੇਸ਼ਨ ਹੋ ਜਾਂਦਾ ਕੋਸ਼ਿਸ਼ ਇਹ ਹੁੰਦੀ ਹੈਗੀ ਹੈ ਕਿ ਉਹਦੀ ਮਕਦਾਰ ਜਿਹੜੀ ਹੈ ਵੱਧ ਤੋਂ ਵੱਧ ਹੋਵੇ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਦੋਂ ਆਪਰੇਸ਼ਨ ਹੋ ਜਾਂਦਾ ਹੈ ਤਾਂ 4-5 ਸਾਲ ਬਾਅਦ ਮਰੀਜ਼ ਨੂੰ ਫਿਰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਕਿ ਇੱਕ ਗੋਡੇ ਦੀ ਲਾਈਫ ਇੰਨੀ ਕੀ ਰਹਿੰਦੀ ਹੈ ਆਪਰੇਸ਼ਨ ਤੋਂ ਬਾਅਦ ਨਹੀਂ ਮੈਡਮ ਗੋਡੇ ਦੀ ਲਾਈਫ ਤਾਂ ਜਿਹੜੀ ਹੈ 20-25 ਸਾਲ ਅੱਜ ਕੱਲ੍ਹ ਕੋਈ ਚੰਗੇ ਗੋਡੇ ਵੀ ਆ ਗਏ ਆ ਜੀ ਡਿਫਰੈਂਟ ਮਟੀਰੀਅਲ ਦੇ ਆ ਗਏ ਉਹ 30 ਸਾਲ ਤੱਕ ਚੱਲਣ ਦਾ ਅਨੁਮਾਨ ਹੈਗਾ ਜੀ ਜਿਹੜੀ ਤਕਲੀਫ ਆਉਂਦੀ ਹੈ ਉਹਦੇ ਕਾਰਨ ਜ਼ਰੂਰੀ ਨਹੀਂ ਹੈ ਗੋਡੇ ਕਰਕੇ ਉਹਦੇ ਕਾਰਨ ਕੁਛ ਹੋਰ ਵੀ ਹੋ ਸਕਦੇ ਆ ਜੀ ਲੋਕਾਂ ਦੀ ਐਕਸਪੈਕਟੇਸ਼ਨ ਹੁੰਦੀ ਹੈ ਇੱਕ ਵਾਰੀ ਗੋਡਾ ਬਦਲਤਾ ਮਤਲਬ ਹੁਣ ਸਾਰੀ ਉਮਰ ਉਦਾਂ ਹੀ ਰਹੇਗਾ ਜੀ ਬਿਲਕੁਲ ਗੋਡਾ ਚੇਂਜ ਹੋ ਗਿਆ ਹੁਣ ਮੇਰੇ ਸਰੀਰ ਦਾ ਜਿਹੜਾ ਪੁਰਜਾ ਹੈਗਾ ਦੁਬਾਰਾ ਤੋਂ ਨਵਾਂ ਹੋ ਗਿਆ ਤੇ ਮੈਂ ਕੁਛ ਵੀ ਕਰ ਸਕਦਾ ਖਰਾਬ ਹੋ ਸਕਦਾ ਹੈ ਤੇ ਇਹ ਵੀ ਖਰਾਬ ਹੋ ਸਕਦਾ ਜੀ ਠੀਕ ਹੈ ਪਰ ਇਹਦੀ ਜਿਹੜੀ ਆਮ ਤੌਰ ਤੇ ਜਿਹੜੀ ਲਾਈਫ ਹੈ ਇਹ 15 ਤੋਂ 20 ਸਾਲ ਤਾਂ ਮਿਨੀਮਮ ਹੁੰਦੀ ਹੈ ਜੀ
ਪਰ ਜੇ ਅੱਛੀ ਕੁਆਲਿਟੀ ਦੇ ਗੋਡੇ ਜਿਹੜੇ ਪਾਏ ਜਾਣ ਉਹ 25 ਤੋਂ 30 ਸਾਲ ਤੱਕ ਵੀ ਚੱਲ ਸਕਦੇ ਜੀ। ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ 25 ਤੋਂ 30 ਸਾਲ ਤੱਕ ਵੀ ਚੱਲਦੇ ਹੈਗੇ ਆ, ਨਾਲ ਹੀ ਨਾਲ ਇਹ ਵੀ ਪੁੱਛਣਾ ਚਾਹਾਂਗੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਚੌਂਕੜੀ ਵੀ ਮਾਰ ਸਕਦਾ ਹੈਗਾ, ਅਤੇ ਜਿਹੜਾ ਇਹ ਓਪਰੇਸ਼ਨ ਹੁੰਦਾ ਹੈ ਕਿ ਇਹ ਲੇਜ਼ਰ ਦੇ ਨਾਲ ਹੁੰਦਾ ਕਿ ਓਪਨ ਸਰਜਰੀ ਹੁੰਦੀ ਹੈਗੀ, ਅਤੇ ਕਿਹੜਾ ਜ਼ਿਆਦਾ ਪੇਸ਼ੈਂਟ ਲਈ ਕੰਫਰਟੇਬਲ ਹੈਗਾ ਕਿ ਜਿਹਦੇ ਵਿੱਚ ਉਹਨੂੰ ਦਿੱਕਤ ਘੱਟ ਤੋਂ ਘੱਟ ਆਵੇ ਅਤੇ ਉਹਦੀ ਮੋਬਿਲਿਟੀ ਛੇਤੀ ਠੀਕ ਹੋ ਜਾਵੇ? ਮੈਡਮ, ਲੇਜ਼ਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਬਟ ਇੱਥੇ ਹੁਣ ਅਸੀਂ ਟੈਕਨੋਲੋਜੀ ਯੂਜ਼ ਕਰਦੇ ਹਾਂ ਜਿੱਦਾਂ ਕਿ ਨੈਵੀਗੇਸ਼ਨ ਹੈ, ਉਹਦੇ ਨਾਲ ਇੰਸੀਡੈਂਟ ਜਿਹੜਾ ਚੀਰਾ ਛੋਟਾ ਹੋ ਜਾਂਦਾ ਹੈ। ਪਰ ਜਿੰਨੀ ਦੇਰ ਮੈਂ ਐਗਜ਼ਾਮਪਲ ਦੇਣੀ ਚਾਹੂੰਗਾ, ਜਿੰਨਾ ਵੱਡਾ ਗੋਡਾ ਹੈ ਉਹਨੂੰ ਪਾਉਣ ਲਈ ਉਨਾ ਕੁ ਚੀਰਾ ਤਾਂ ਲਗਾਉਣਾ ਹੀ ਪਏਗਾ, ਉਸ ਤੋਂ ਘੱਟ ਨਹੀਂ ਲਗਾ ਸਕਦਾ। ਇਹ ਕੁਛ ਮਾਰਕੀਟਿੰਗ ਵੀ ਹੁੰਦੀ ਹੈ, ਬਟ ਸਟਿਲ ਜਿੰਨਾ ਕੁ ਗੋਡਾ ਹੈ ਉਨਾ ਕੁ ਚੀਰਾ ਤਾਂ ਦੇਣਾ ਹੀ ਪਏਗਾ, ਉਸ ਤੋਂ ਬਿਨਾਂ ਇਹ ਵੱਡੀ ਚੀਜ਼ ਛੋਟੀ ਚੀਜ਼ 'ਚੋਂ ਨਹੀਂ ਨਿਕਲ ਸਕਦੀ। ਜੀ ਰਾਈਟ ਜੀ। ਡਾਕਟਰ ਸਾਹਿਬ, ਤੁਸੀਂ ਇਹ ਅੱਜ ਗੋਡਿਆਂ ਦੀ ਤਕਲੀਫਾਂ, ਰੀੜ੍ਹ ਦੀ ਹੱਡੀ ਦੀ ਤਕਲੀਫ ਸਾਡੇ ਦਰਸ਼ਕਾਂ ਨੂੰ ਦੱਸੀ, ਮੈਂ ਤੁਹਾਨੂੰ ਇਹ ਸਿਰਫ ਪੁੱਛਣਾ ਚਾਹਾਂਗੀ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਕੋਈ ਅਜਿਹਾ ਸੁਨੇਹਾ ਤੁਹਾਡੇ ਵੱਲੋਂ ਜਿਹਦੇ ਲਈ ਉਹਨਾਂ ਦੀ ਜ਼ਿੰਦਗੀ ਅੱਗੇ ਹੋਰ ਵਧੀਆ ਚੱਲੇ ਅਤੇ ਗੋਡੇ ਨੂੰ ਅਤੇ ਆਪਣੀ ਰੀੜ੍ਹ ਦੀ ਹੱਡੀ ਨੂੰ ਆਪਾਂ ਬਚਾ ਕੇ ਰੱਖ ਸਕੀਏ, ਕੁਛ ਤੁਹਾਡੇ ਵੱਲੋਂ ਕੁਛ ਇਸ ਤਰ੍ਹਾਂ ਦੇ ਚੰਦ ਸ਼ਬਦ? ਸਭ ਤੋਂ ਪਹਿਲੀ ਗੱਲ ਤਾਂ ਠੀਕ ਪੋਸਚਰ ਜੀ, ਪ੍ਰੋਪਰ ਖਾਣਾ ਜੀ, ਐਕਸਰਸਾਈਜ਼, ਔਰ ਜਦੋਂ ਤਕਲੀਫ 2 ਜਾਂ 3 ਦਿਨ ਮੇ ਬੀ ਹਫ਼ਤੇ ਤੱਕ ਫਰਕ ਨਹੀਂ ਪਵੇ ਤਾਂ ਆਪਣੇ ਕੰਸਰਨ ਡਾਕਟਰ ਨੂੰ ਦਿਖਾਓ, ਉਹ ਤੁਹਾਡਾ ਦੋਸਤ ਹੈਗਾ ਔਰ ਉਹ ਤੁਹਾਡੇ ਲਈ ਕੋਈ ਨਾ ਕੋਈ ਹੈਲਪ ਜ਼ਰੂਰ ਕਰੇਗਾ ਜੀ। ਦਰਸ਼ਕੋ, ਜਿਵੇਂ ਸਾਡੇ ਡਾਕਟਰ ਨੇ ਕਹਿ ਦਿੱਤਾ ਕਿ ਡਾਕਟਰ ਤੁਹਾਡਾ ਦੋਸਤ ਹੈ, ਸਾਡਾ ਇਹ ਪ੍ਰੋਗਰਾਮ ਵੀ ਤੁਹਾਡੇ ਤੱਕ ਸਿਰਫ ਇਹੀ ਸੁਨੇਹੇ ਦੇ ਲਈ ਪਹੁੰਚਾਇਆ ਜਾਂਦਾ ਹੈ ਕਿ ਜੇ ਤੁਹਾਨੂੰ ਕੋਈ ਤਕਲੀਫ ਹੈਗੀ ਹੈ ਤਾਂ ਉਸ ਤਕਲੀਫ ਤੋਂ ਬਾਹਰ ਨਿਕਲਣ ਦੇ ਤਰੀਕੇ ਵੱਧ ਤੋਂ ਵੱਧ ਤੌਰ 'ਤੇ ਤੁਹਾਨੂੰ ਦੱਸੇ ਜਾਣ। ਸਭ ਤੋਂ ਜ਼ਿਆਦਾ ਜ਼ਰੂਰੀ, ਆਪਣੀ ਸਿਹਤ ਦਾ ਧਿਆਨ ਰੱਖੋ, ਚੰਗੀ ਖੁਰਾਕ ਲਓ, ਐਕਸਰਸਾਈਜ਼ ਜ਼ਰੂਰ ਕਰੋ ਅਤੇ ਖੁਸ਼ ਰਹੋ। ਇਸ ਦੇ ਨਾਲ ਹੀ ਧੰਨਵਾਦ ਅਤੇ ਇਜਾਜ਼ਤ ਦਿਓ। ਧੰਨਵਾਦ।